ਕਰਨ ਦੀ ਸ਼ਾਨ ਕਿਆ ਦੱਸਾਂ ਤੇ ਜਿਸ ਨੇ ਮੇਰੇ ਅੱਗੇ ਕਰੀਮ ਸਰਦਾਰ ਨੇ ਨਮਾਜ਼ ਪੜ੍ਹਾਈ ਨਾ ਜਬਰੀਲ ਅਸਲਮ ਹੀ ਰੱਖ ਕੇ ਆਏ ਹੱਥ ਪਕ ਕੇ ਸੋਨੇ ਬੁਰਾਕ ਤੇ ਤਸ਼ਰੀਫ ਫਰਮਾਓ ਮੇਰੇ ਅੱਗੇ ਕਰੀਮ ਸਰਦਾਰ ਬੁਰਾਕ ਤੇ ਬੈਠੇ ਨਬੀ ਤੱਕ ਰਹੇ ਨੇ ਆਪਣਾ ਦਾ ਨਾਮ ਅਰਸ਼ਾ ਤੇ ਜਾ ਰਿਹਾ ਸੁਭਾਨ ਅੱਲਾਹ ਤੇ ਕਿਆ ਹਰ ਨਬੀ ਦੀ ਖੁਆਇਸ਼ ਨਹੀਂ ਸੀ ਕਿ ਜਬਰੀਲ ਸਾਡੇ ਕੋਲ ਪੈਗਾਮ ਲੈ ਕੇ ਆਉਂਦਾ ਤੇ ਜਿਹਦਾ ਪੈਗਾਮ ਜਬਰੀਲ ਲੈ ਕੇ ਆਉਂਦਾ ਕਾਸ਼ ਅਸੀਂ ਉਹਨੂੰ ਵੀ ਤੱਕ ਲਈਏ ਹਰ ਨਬੀ ਦੀ ਖੁਆਇਸ਼ ਦੀ ਕਾਸ਼ ਸਾਨੂੰ ਰੱਬ ਦਾ ਦੀਦਾਰ ਹੁੰਦਾ ਪਰ ਨਸੀਬ ਕਿਸੇ ਨੂੰ ਨਹੀਂ ਹੋਇਆ ਅਗਰ ਰੱਬ ਦਾ ਦੀਦਾਰ ਨਸੀਬ ਹੋਇਆ ਨਾ ਤੇ ਪਹਿਲੇ ਮੂਸਾ ਨੂੰ ਹੋਇਆ ਇਹ ਵੀ ਦੱਸਾਂਗਾ ਕਿ ਮੂਸਾ ਨੂੰ ਦੀਦਾਰ ਰੱਬ ਨੇ ਕਿਉਂ ਕਰਾਇਆ ਦੀਦਾਰ ਹੋਇਆ ਨਾ ਹਰ ਬੰਦ ਨਬੀ ਦੀ ਖੁਆਇਸ਼ ਸੀ ਪਰ ਨਹੀਂ ਆਮਣਾ ਦਾ ਲਾਜਸ਼ਮ ਬੁਰਾਕ ਤੇ ਬਹਿ ਕੇ ਅਰਸ਼ਦ ਜਾ ਰਿਹਾ ਹਰ ਨਬੀ ਸੋਚਦਾ ਹੈਗਾ ਕਾਸ਼ ਸਾਡੀ ਵੀ ਆ ਵਕਤ ਆਉਂਦਾ ਪਰ ਨਹੀਂ ਜਿਹੜਾ ਮੁਕਾਮ ਮੁਸਤਫਾ ਦਾ ਕਿਸੇ ਹੋਰ ਦਾ ਨਹੀਂ ਮੇਰੇ ਅੱਗੇ ਕਿਉਂ ਸਰ ਜਾਂ ਬੁਰਾਕ ਪਰ ਸਵਾਲ ਹੋਈ ਇੱਕ ਅਸਮਾਨ ਪਾਰ ਕੀਆ ਇੱਕ ਅਸਮਾਨ ਬੋਲੋ ਪਾਰ ਕੀਆ ਦੂਸਰਾ ਅਸਮਾਨ ਪਾਰ ਕੀਆ ਤੀਸਰਾ ਅਸਮਾਨ ਪਾਰ ਕੀਆ ਜਦ ਸੱਤਵੇਂ ਅਸਮਾਨ ਤੱਕ ਪਹੁੰਚੇ ਤੋ ਸੱਤਵੇਂ ਅਸਮਾਨ ਪਰ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਦੁਬਾਰਾ ਇਸਤਿਕਬਾਲ ਕਰ ਰਹੇ ਸਨ ਸੁਭਾਨ ਅੱਲਾਹ ਹੋਰ ਇਸਤਿਕਬਾਲ ਕਰ ਸਨ ਬੋਲੋ ਹਜ਼ਰਤ ਇਬਰਾਹੀਮ ਬੋਲੋ ਨਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਤੇ ਕੀ ਮੇਰੇ ਅੱਗੇ ਕਿਉਂ ਸਰ ਦੇਖਦੇ ਨੇ ਕਿ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਬੈਤੁਲ ਮਾਮੂਰ ਸੱਤਵੇਂ ਅਸਮਾਨ ਦੇ ਇੱਕ ਮੁਕਾਮ ਹੈ ਕਿਹੜਾ ਮੁਕਾਮ ਹੈ ਬੈਤੁਲ ਮਾਮੂਰ ਬੈਤੁਲ ਮਾਮੂਰ ਤੇ ਨਾਲ ਢੋ ਲਾ ਕੇ ਟੇਕ ਲਗਾ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਬੈਠੇ ਨੇ ਜਿਸ ਟਾਈਮ ਆਮਨਾ ਦਾ ਲਾਲ ਦਾਖਲ ਹੈ ਨਾ ਸੱਤਵੇਂ ਅਸਮਾਨ ਹਜ਼ਰਤ ਇਬਰਾਹੀਮ ਅਲੈਹਿਸ ਸਲਾਮ ਖੜੇ ਹੋਏ ਮੇਰੇ ਅੱਗੇ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਾ ਕੇ ਸਲਾਮ ਕੀਤਾ ਗਲੇ ਮਿਲੇ ਤੇ ਦੋਸਤੋ ਬਜ਼ੁਰਗੋ ਯਾਦ ਰੱਖੋ ਕਿ ਬੈਤੁਲ ਮਾਮੂਰ ਕਿਹੜੀ ਜਗ੍ਹਾ ਹੈ ਬੈਤੁਲ ਮਾਮੂਰ ਜਿਸ ਤਰ੍ਹਾਂ ਅਸੀਂ ਇਨਸਾਨਾਂ ਦਾ ਤੇ ਜਿੰਨਾਂ ਦਾ ਕਾਬਾ ਕਿਹੜਾ ਵੇ ਖਾਨਾ ਕਾਬਾ ਹੈ ਨਾ ਕਿ ਨਹੀਂ ਹੈ ਸਾਰੇ ਚੱਕਰ ਲਾਉਂਦੇ ਆ ਕਿ ਨਹੀਂ ਲਾਉਂਦੇ ਸੇਮ ਖਾਨਾ ਕਾਬਾ ਦੇ ਅਗਰ ਸੀਤ ਤੇ ਉਤਾ ਉਤਲੀ ਸਿਮਤ ਤੇ ਜਾਈਏ ਨਾ ਤੇ ਸਤਵੀਂ ਅਸਮਾਨ ਤੇ ਕਾਬਾ ਦੀ ਸੀਤ ਦੇ ਉੱਤੇ ਬੈਤੁਲ ਮਾਮੂਰ ਜਿੱਥੇ ਫਰਿਸ਼ਤੇ ਤਵਾਫ ਕਰਦੇ ਨੇ ਸੁਭਾਨ ਅੱਲਾਹ ਦੁਨੀਆ ਦੇ ਕਾਬੇ ਉੱਤੇ ਇਨਸਾਨ ਤੇ ਜਿੰਨ ਤਵਾਫ ਕਰਦੇ ਨੇ ਬੈਤੁਲ ਮਾਮੂਰ ਦੇ ਮੁਕਾਮ ਉੱਤੇ ਜਿਹੜਾ ਕਾਬੇ ਦੀ ਉਤਲੀ ਸਿਮਤ ਹੈ ਨਾ ਬੈਤੁਲ ਮਾਮੂਰ ਉਸ ਮੁਕਾਮ ਤੇ ਫਰਿਸ਼ਤੇ ਤਵਾਫ ਕਰਦੇ ਯਾਨੀ ਫਰਿਸ਼ਤਿਆਂ ਦਾ ਕਾਬਾ ਤੇ ਫਰਿਸ਼ਤਿਆਂ ਦੇ ਕਾਬੇ ਨਾਲ ਇਬਰਾਹੀਮ ਅਲੈਹਿਸ ਸਲਾਮ ਟੇਕ ਲਗਾ ਕੇ ਬੈਠੇ ਨੇ ਉੱਥੇ ਫਰਿਸ਼ਤਿਆਂ ਨੇ ਅਰਜ਼ ਕੀਤੀ ਮੌਲਾ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਬਾਰੇ ਫਰਿਸ਼ਤੇ ਕੀ ਅਰਜ਼ ਕਰਦੇ ਸੋਹਣਿਆ ਹਰ ਨਬੀ ਨੇ 1,24,000 ਨਬੀ 313 ਰਸੂਲਾਂ ਨੇ ਕੀ ਕੀਤਾ ਕਿ ਕਮਲੀ ਵਾਲੀ ਸਰਕਾਰ ਦਾ ਦੀਦਾਰ ਕੀਤਾ ਮੌਲਾ ਸਾਡੀ ਵੀ ਖੁਆਇਸ਼ ਕਿ ਅਸੀਂ ਵੀ ਅਮਨਾ ਦਾ ਲਾਲ ਤੇ ਤੱਕ ਲਈਏ ਸੁਭਾਨ ਅੱਲਾਹ ਉਹ ਸੋਹਣਿਆ ਉਹ ਤੇ ਬਰਾਤ 'ਚ ਬਹਿ ਕੇ ਆ ਰਹੇ ਨੇ ਇੰਨੀ ਸਪੀਡ ਵਿੱਚ ਤੇ ਸਾਨੂੰ ਸਹੀ ਰੱਜ ਕੇ ਦੇਖਣ ਵੀ ਨਹੀਂ ਹੋਣਾ ਸੋਹਣਾ ਸਾਡੀ ਵੀ ਖੁਆਇਸ਼ ਕਿ ਅਸੀਂ ਵੀ ਅਮਨਾ ਦਾ ਲਾਲ ਤੇ ਤੱਕੀਏ ਉੱਥੇ ਕੀ ਕੀਤਾ ਕਿ ਰੱਬ ਦਾ ਇਰਸ਼ਾਦ ਫਰਮਾਇਆ ਤੇ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਬੈਤੁਲ ਮਾਮੂਰ ਤੇ ਫਰਿਸ਼ਤਿਆਂ ਦੀ ਜਮਾਤ ਕਰਾਈ ਸੁਭਾਨ ਅੱਲਾਹ ਕਿਹੜੀ ਜਮਾਤ ਕਰਾਈ ਬੋਲੋ ਫਰਿਸ਼ਤਿਆਂ ਦੀ ਫਰਿਸ਼ਤਿਆਂ ਦੀ ਜਮਾਤ ਪਹਿਲੇ ਜ਼ਮੀਨ ਪਰ ਬੈਤੁਲ ਮਕਦਸ ਮਸਜਿਦ ਅਕਸਾ ਕੇ ਅੰਦਰ ਨਬੀਓ ਕੀ ਇਮਾਮਤ ਕਰਾ ਕੇ ਕਮਰੀ ਵਾਲੇ ਕੇ ਜਿਸਮ ਕਾ ਮੇਰਾਜ ਹੁਆ ਬੈਤੁਲ ਮਾਮੂਰ ਪੇ ਜਾ ਕਰ ਫਰਿਸ਼ਤੋਂ ਕੀ ਜਮਾਤ ਕਰਾ ਕੇ ਮੇਰੇ ਆਕਾ ਕੀ ਰੂਹ